ਅੱਜ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਮੌਕੇ ਤੇ ਸਾਡੇ ਨਾਲ ਈਕੋ ਅੰਮ੍ਰਿਤਸਰ ਦੇ ਚੇਅਰਮੈਨ ਸਰਦਾਰ ਗੁਰਬੀਰ ਸਿੰਘ ਜੀ ਤੇ ਨਾਲ ਸਰਦਾਰ ਦਾਰਾ ਸਿੰਘ ਜੀ ਚੋਲਾ ਸਾਹਿਬ ਤੋਂ ਜਿਹੜੇ ਪੰਛੀਆਂ ਲਈ ਘੋਂਸਲੇ ਆਪਣੇ ਹੱਥਾਂ ਨਾਲ ਪੂਰੇ ਪ੍ਰੇਮ ਵਿੱਚ ਹੁੱਬ ਕੇ ਬਣਾਉਂਦੇ ਹਨ। ਇਸ ਮੌਕੇ ਤੇ ਸਰਦਾਰ ਗੁਰਬੀਰ ਸਿੰਘ ਜੀ ਤੁਸੀਂ ਸੰਗਤ ਨੂੰ ਕੋਈ ਮੈਸੇਜ ਦਿਓ ਜੀ। ਸਮੂਹ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧਾਈਆਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ। ਅੱਜ ਅਸੀਂ ਗੁਰਦੁਆਰਾ ਹਰਿਮੰਦਰ ਸਾਹਿਬ ਵਿਖੇ ਪੰਛੀਆਂ ਪਖੇਰੂਆਂ ਵਾਸਤੇ ਇੱਕ ਇੱਥੇ ਆਲਣੇ ਲਾਏ। ਸਰਦਾਰ ਦਾਰਾ ਸਿੰਘ ਜੀ ਮੇਰੇ ਨਾਲ ਖੜ੍ਹੇ ਨੇ, ਜਿਹੜੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਇਹ ਆਲਣੇ ਬਣਾਉਂਦੇ ਨੇ। ਪੰਛੀ ਪਖੇਰੂ ਗੁਰੂ ਦੀ ਸਾਧ ਸੰਗਤ ਹੈ। ਉਹਨਾਂ ਦਾ ਬੋਲ, ਮਿੱਠਾ ਬੋਲ, ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੀਰਤਨ ਦਾ ਮੁੱਖ ਰੱਖਦਾ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਇਹਨਾਂ ਦੀ ਸੇਵਾ ਨਿਭਾ ਸਕੇ। ਅੱਜ ਗੁਰੂ ਕਾ ਬਾਗ ਹਰਿਮੰਦਰ ਸਾਹਿਬ ਆਲਣੇ ਲਗਾਏ ਗਏ। ਇਸ ਤਰ੍ਹਾਂ ਹੀ ਆਲਣੇ ਮੰਦਰ, ਮਸਜਿਦਾਂ, ਆਪਣਾ ਗਿਰਜਾਘਰਾਂ ਦੇ ਵਿੱਚ ਵੀ ਲਾਏ ਜਾ ਰਹੇ ਨੇ। ਇੱਕ ਮੈਸੇਜ ਹੈ ਵਾਤਾਵਰਨ ਵਾਸਤੇ ਕਿ ਲੋਕ ਇਹਨਾਂ ਪੰਛੀ ਪਖੇਰਿਆਂ ਦਾ ਧਿਆਨ ਰੱਖਣ, ਕਿਉਂਕਿ ਇਹ ਹੀ ਵਾਹਿਗੁਰੂ ਦੀ ਕੁਦਰਤ ਹੈ। ਔਰ ਇਸ ਦਾ ਖਿਆਲ ਰੱਖਣਾ ਸਾਡਾ ਧਰਮ ਦਾ ਬਿਲਕੁਲ ਸਾਡੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਔਰ ਹਰ ਵੇਲੇ ਸਾਨੂੰ ਧਿਆਨ ਰੱਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ।